ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕੋ ਸਿੱਖ ਟੀਮ ਰੋਡੇ ਵੱਲੋਂ ਮੌਨਸੂਨ ਦੇ ਸੰਬੰਧ ਵਿੱਚ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਅੱਜ ਗੁਰਦੁਆਰਾ ਸਾਹਿਬ ਬੂਟੇ ਲਗਾ ਕੇ ਕੰਮ ਸਟਾਰਟ ਕੀਤਾ। ਹੁਣ ਹੋਰ ਵੀ ਬੂਟੇ ਲਾਏ ਜਾਣਗੇ। ਤਕਰੀਬਨ ਹਰੇਕ ਪਿੰਡ 550 ਬੂਟਾ ਲਾਉਣ ਦਾ ਟੀਚਾ ਜੋ ਇੱਕੋ ਸਿੱਖ ਟੀਮ ਨੇ ਰੱਖਿਆ ਹੈ ਉਹਨੂੰ ਪੂਰਾ ਕੀਤਾ ਜਾਵੇਗਾ।